ਕਿਉਂਕਿ ਨਾ ਨਾ ਮੇਰਾ ਸਾਫ ਜੀ ਗੱਲ ਆ, ਨਾ ਮੇਰਾ ਬਈ ਇੱਥੋਂ ਘਰ ਚੱਲਦਾ, ਰੱਬ ਨੇ ਬਹੁਤ ਕੁਛ ਦਿੱਤਾ ਤੇ ਕ੍ਰਿਕਟ ਨਾਲ ਪਿਆਰ ਸੀਗਾ। 2010 ਦੇ ਵਿੱਚ ਬੈਗ ਪੜਾ ਕੇ ਲੈਦਰ ਛੱਡਤੀ, ਉਦੋਂ ਬਾਅਦ ਸੋਚਿਆ ਕਾਸਕੋ ਲਈ ਕੁਝ ਕਰੀਏ, ਕਿਉਂਕਿ ਜਦੋਂ ਅਸੀਂ ਕਾਸਕੋ ਖੇਡਦੇ ਸੀ ਨਾ ਤਾਂ ਲੋਕ ਕਹਿੰਦੇ ਨੇ ਕਿੱਧਰ ਆ ਤੂੰ, ਆ ਤੁਹਾਡਾ ਰਬੜ ਦੇ ਕੁਛ ਨਹੀਂ ਦੇਣਾ। ਵੀਰੇ ਉਦੋਂ ਹੁੰਦੇ ਵੀ ਮੇਰੇ ਨਾਲ ਨਿੱਕੇ ਦੀ ਸਾਰੇ ਦੀਲੇ ਦੀ ਖੇਡਦੇ ਰਹੇ ਹੈ, 2100 ਜਾਂ 3100 ਕਮੇਟੀ ਫਾਈਨਲ ਚ ਆਉਂਦੀ ਸੀ। ਫਿਰ ਮੇਰਾ ਮੈਂ ਇੱਕ ਮਕਸਦ ਸੀਗਾ ਬਈ ਯਾਰ ਆਪਾਂ ਨੀ ਸਾਡੇ ਟਾਈਮ ਚ ਨੀ, ਤੇ ਹੁਣ ਮੈਂ ਸੋਚਿਆ ਸੀਗਾ ਬਈ ਜਿਹੜੇ ਕਹਿੰਦੇ ਆ ਨਾ ਬਈ ਕਾਸ ਕੁਝ ਕੁਝ ਨੀ, ਉਸ ਦਿਨ ਤੋਂ ਮੈਂ ਧਿਆਲਿਆ ਸੀ ਬਈ ਇੱਕ ਇਹੋ ਜਿਹੀ ਚੀਜ਼ ਬਣਾਉਣੀ ਹੈ। ਤਾਂ ਉਦੋਂ ਮੈਂ ਬਣਾਇਆ ਸੀ ਫੈਨ ਕਾਸ ਕੁਝ ਦੇ ਪੇਜ ਬਣਾਇਆ ਸੀ, ਉਸ ਪੇਜ ਨਾਲ ਸਾਰਾ ਪੰਜਾਬ ਜੁੜਿਆ ਤੇ ਕਾਸ ਕੁਝ 100 ਤੋਂ ਬਾਅਦ ਅੱਜ ਲੱਖਾਂ ਆਰਮੀਆਂ ਚ ਹੈ। ਮੇਰਾ ਇੱਕ ਮਕਸਦ ਸੀਗਾ ਕਿ ਜਿਹੜੇ ਕਹਿੰਦੇ ਨਾ ਕਾਸ ਕੁਝ ਕੁਝ ਨੀ, ਉਹਨਾਂ ਬੰਦਿਆਂ ਕਈ ਗਰੀਬ ਹੁੰਦੇ ਆ ਜਿਨ੍ਹਾਂ ਦੀ ਅੱਜ ਕਾਸਕੋ ਤੋਂ ਰੋਟੀ ਜਾਂਦੀ ਹੈ, ਅੱਜ ਥੋੜੀ ਸਮਝੋ ਥੋੜੀ ਕਹਿ ਲਓ ਬਹੁਤੀ ਕਹਿ ਲਓ, ਪਰ ਮੈਂ ਸੇਵਾ ਕੀਤੀ ਸੀ, ਮਿਹਨਤ ਕੀਤੀ ਸੀ ਤੇ ਇੱਥੋਂ ਤੱਕ ਗ੍ਰਿਟ ਪਹੁੰਚਾਈ ਹੈ। ਤਾਂ ਮੇਰਾ ਦਿਲ ਹੀ ਕਰਦਾ ਵੀਰੇ ਛੱਡਣ ਨੂੰ ਇੱਥੋਂ ਸਟੇਜ ਤੋਂ, ਸੱਚਾਈ ਦਾ ਤਾਂ ਵੀਰੇ ਹੁਣ ਅੱਗੇ ਡਿੱਗਣੀ ਹੈ। ਮੈਂ ਸੱਚੀ ਗੱਲ ਆ ਮੇਰੀਆਂ ਨਾ ਮਨ ਭਰ ਜਾਂਦਾ, ਮੈਂ ਜਦੋਂ ਇੱਥੋਂ ਤੱਕ ਮਿਹਨਤ ਕਰਕੇ ਤੁਹਾਡੇ ਭਰਾਵਾਂ ਨਾਲ ਇੱਥੋਂ ਤੱਕ ਬਚਾਇਆ, ਇਹਨੂੰ ਡਿੱਗਦਿਆਂ ਨਹੀਂ ਵੇਖ ਸਕਦਾ। ਮੇਨ ਰੀਜ਼ਨ ਇਹ ਹੈ, ਦੂਜਾ ਵੀਰੇ ਆਪਣਾ ਆਪਦਾ ਘਰ ਬਾਰ ਵੀ ਦੇਖਣਾ, ਕੰਮ ਕਾਜ ਵੀ ਦੇਖਣੇ ਆ, ਕਿਉਂਕਿ ਜ਼ਿੰਦਗੀ ਸਾਰੀ ਉਮਰ ਇੱਥੇ ਤਾਂ ਆਪਾਂ ਰਹਿ ਨਹੀਂ ਸਕਦੇ, ਕਿਉਂਕਿ ਉਹ ਵੀ ਜ਼ਰੂਰੀ ਹੈ। ਮੇਨ ਰੀਜ਼ਨ ਆ ਮੈਂ ਕ੍ਰਿਕਟ ਨੂੰ ਥੱਲੇ ਡਿੱਗਦਾ ਨਹੀਂ ਦੇ ਸਕਦਾ, ਬਹੁਤ ਕੋਸ਼ਿਸ਼ ਕੀਤੀ ਆ ਸੰਭਾਲਣ ਦੀ, ਬੰਦਿਆਂ ਨੇ ਕਈਆਂ ਨੇ ਕੱਪ ਕਰਾਉਣੇ ਛੱਡਤੇ ਹੈ, ਜੋ ਅੱਜ ਦਾ ਹਾਲ ਹੋਇਆ ਸੱਚਾਈ ਹੈ ਮੇਨ ਹੈ। ਤੇ ਨਾ ਅੱਜ ਕੱਲ ਅੱਜ ਤੱਕ ਕਿਸੇ ਦੇ ਆਪਾਂ ਮੈਨੂੰ ਵਾਹ ਵਾਹ ਵਾਲੀ ਜਿਹੜੀ ਵੀ ਬਰਾਬਰ ਗੱਲ ਕੀਤੀ ਹੈ, ਜਿਹਦੀ ਜਿਹਦਾ ਹੱਕ ਹੈ ਉਹਦੇ ਲਈ ਖੜੇ ਹੈ। ਤੇ ਜਦੇ ਕਿਸੇ ਵੀਰ ਵੱਲੋਂ ਵੀ ਜੇ ਕਿਸੇ ਨੂੰ ਗੁੱਸਾ ਗੇਲਾ ਕਦੇ ਵੀ ਜ਼ਿੰਦਗੀ ਦੇ ਵਿੱਚ ਇੰਨਾ ਰਿਹਾ ਹੈ ਤਾਂ ਵੀਰੇ ਉਹਦੇ ਵੱਲੋਂ ਮੈਂ ਮਾਫ਼ੀ ਮੰਗਦਾ, ਕਿਸੇ ਨੂੰ ਮੰਦਾ ਬੋਲਿਆ ਗਿਆ, ਪਰ ਮੈਨੂੰ ਬਹੁਤ, ਮੈਂ ਕਾਸਕੋ ਦੇ ਵਿੱਚ ਕੁਛ ਨਹੀਂ ਕਮਾਇਆ ਯਾਰ, ਬੇਲੀ ਕਮਾਇਆ, ਤੁਹਾਡਾ ਪਿਆਰ ਕਮਾਇਆ ਤੇ ਇੱਕ ਭਾਊ ਮਹਿਮੂ ਵਾਲੇ ਦਾ ਟੈਗ ਕਮਾਇਆ, ਹੋਰ ਕੁਝ ਨਹੀਂ ਕਮਾਇਆ। ਬਸ ਧੰਨਵਾਦ ਵੀਰੇ, ਜੋ ਮੇਨ ਰੀਜ਼ਨ ਸੀ ਮੇਨ ਇਹੀ ਸੀ, ਮੈਂ ਡਿੱਗਦਾ ਨਹੀਂ ਦੇਖ ਸਕਦਾ ਕਿਉਂਕਿ ਹੁਣ ਡਿੱਗਣੀ ਸ਼ੁਰੂ ਹੋ ਗਈ ਹੈ, ਮੈਂ ਇਹਨੂੰ ਡਿੱਗਦਾ ਨਹੀਂ ਦੇਖ ਸਕਦਾ, ਇਸੇ ਲਈ ਛੱਡਣਾ ਜਾ ਰਿਹਾ ਹੈ। ਤੇ ਧੰਨਵਾਦ ਸਾਰੇ ਵੀਰਾਂ ਨੂੰ ਜਿਹਨਾਂ ਨੇ ਇੰਨਾ ਪਿਆਰ ਦਿੱਤਾ, ਕਈ ਜੋ ਸੱਚ ਬੋਲੂਗਾ ਕਈ ਖੁਸ਼ ਵੀ ਹੋਣਗੇ ਕਿ ਭਾਊ ਛੱਡ ਗਿਆ, ਹੋਰ ਤਾਂ ਕੋਈ ਚੱਕਰ ਨਹੀਂ ਚਲਾਵਾਂਗੇ ਜਿੱਦਾਂ ਚੱਲਦੀ ਹੈ। ਤੇ ਕਈਆਂ ਨੂੰ ਦੁੱਖ ਵੀ ਲੱਗੂ ਜਿਹੜੇ ਤੁਹਾਨੂੰ ਪਿਆਰ ਕਰਦੇ ਸੀ, ਕਿਉਂਕਿ ਮੈਂ ਸੱਚ ਬੋਲਿਆ, ਗਰਾਊਂਡ 'ਚ ਖੜ ਕੇ ਬੋਲਿਆ, ਇੱਕ ਦੇ ਚੋਰ ਤੇ ਬੋਲਿਆ, ਕਿਸੇ ਦੇ ਉਹ ਨਹੀਂ ਪਿੱਠ ਪਿੱਛੇ ਬੋਲਿਆ ਵੀ ਉਹ ਐਦਾਂ ਐਦਾਂ, ਤੇ ਅੱਜ ਲਾਸਟ ਦਿਨ ਤੱਕ ਵੀ ਸੱਚ ਹੀ ਬੋਲ ਗਿਆ ਤੇ ਕਿਸੇ ਵੱਲੋਂ ਵੀ ਕਿਸੇ ਨੂੰ ਮੰਦਾ ਚੰਗਾ ਜ਼ਿੰਦਗੀ 'ਚ ਬੋਲ ਗਿਆ। ਤਾਂ ਵੀਰੇ ਮਾਫ਼ ਕਰਿਓ, ਆਹ ਅਗਲੀ ਇਨਿੰਗ ਮੇਰੀ ਜ਼ਿੰਦਗੀ ਦੀ ਲਾਸਟ ਕਮੈਂਟਰੀ ਹੋਣੀ ਹੈ, ਉਸ ਤੋਂ ਬਾਅਦ ਕਦੇ ਵੀ ਪਾਓ ਮਹਿਮਾਨ ਦੀ ਆਵਾਜ਼ ਨਹੀਂ ਸੁਣੂਗੀ ਗਰਾਊਂਡ 'ਚ। ਧੰਨਵਾਦ।